ਅਰਦਾਸ ਕਰਕੇ ਪੂਰੀਆਂ ਹੋ ਸਕਦੀਆਂ। ਇਸ ਕਰਕੇ
ਸਾਨੂੰ ਹੋਰ ਚੀਜ਼ਾਂ ਵੱਲ ਭਟਕਣ ਦੀ ਲੋੜ ਨਹੀਂ ਅਤੇ ਆਪਣਾ ਕੇਂਦਰ ਬਿੰਦੂ ਜੋ ਹੈ ਮਨ ਦਾ ਜੋ ਕੇਂਦਰ ਬਿੰਦੂ ਹੈ ਉਹ ਨਾਮ ਅਤੇ ਸਿਮਰਨ ਨੂੰ ਹੀ ਬਣਾਏ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਸ਼ਬਦ ਦਾ ਕੇਂਦਰੀ ਭਾਵ ਇਸ ਤਰ੍ਹਾਂ ਅੰਕਿਤ ਕਰ ਰਹੇ ਹਨ ਜਪ ਮਨ ਫਿਰ ਮੇਰੇ ਮਨ ਅਸੀਂ ਆਪਣੇ ਮਨ ਨੂੰ ਕਹੀਏ ਜਪ ਮਨ ਕੀ ਜਪ ਸਤਨਾਮ ਸਦਾ ਸਤਨਾਮ ਉਸ ਵਾਹਿਗੁਰੂ ਦੇ ਸੱਚੇ ਨਾਮ ਉਹਨੂੰ ਜਪ ਉਹਦਾ ਸਿਮਰਨ ਕਰ ਕਿਉਂਕਿ ਜੇ ਤੂੰ ਉਹਦਾ ਸਿਮਰਨ ਕਰੇਗਾ ਮਹਾਰਾਜ ਜੀ ਕਹਿੰਦੇ ਨੇ ਹਲਤ ਪਲਤ ਮੁੱਖ ਉਜਲ ਹੋਈ ਹੈ ਹਲਤ ਪਲਤ ਇਸ ਸੰਸਾਰ ਵਿੱਚ ਵੀ ਅਗਲੇ ਸੰਸਾਰ ਵਿੱਚ ਵੀ ਤੇਰਾ ਮੁੱਖ ਜਿਹੜਾ ਹੈ ਉਹ ਸਾਫ ਰਹੇਗਾ ਤੇਰੀ ਸ਼ੋਭਾ ਹੋਏਗੀ ਤੂੰ ਉਜਲਾ ਹੋਏਗਾ ਜੇਕਰ ਨਿਤ ਧਿਆਏ ਹਰ ਪੁਰਖ ਨਿਰੰਜਨਾ ਜੇ ਤੂੰ ਆਪਣਾ ਨਿਤਨੇਮ ਇਸ ਚੀਜ਼ ਨੂੰ ਬਣਾ ਲੈ ਕਿ ਉਸ ਵਾਹਿਗੁਰੂ ਨੂੰ ਧਿਆਉਣਾ ਹੈ ਯਾਦ ਕਰਨਾ ਹੈ ਉਸ ਵਾਹਿਗੁਰੂ ਨੂੰ ਜੋ ਨਿਰੰਜਨ ਹੈ ਜਿਹੜਾ ਮਾਇਆ ਤੋਂ ਬੇਲਾਫ ਹੈ ਜਿਹਦੇ 'ਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਉਸ ਵਾਹਿਗੁਰੂ ਦਾ ਸਿਮਰਨ ਕਰ ਸਿਮਰਨ ਕਰ ਸਿਮਰਨ ਕਰ ਸਿਮਰਨ ਤੋਂ ਬਿਨਾਂ ਹੋਰ ਕੋਈ ਚੀਜ਼ ਵੱਡੀ ਇਸ ਸੰਸਾਰ ਦੇ ਵਿੱਚ ਇਸ ਬ੍ਰਹਿਮੰਡ ਵਿੱਚ ਨਹੀਂ ਸ਼ਬਦ ਆਰੰਭ ਕਰਦਿਆਂ ਮਹਾਰਾਜ ਕਹਿ ਰਹੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜੋ ਸਾਡੀਆਂ ਇੱਛਾਵਾਂ ਹਨ ਉਹਨਾਂ ਨੂੰ ਪੂਰਾ ਕਰਨ ਦੀ ਸ਼ਕਤੀ ਕੇਵਲ ਵਾਹਿਗੁਰੂ ਦੇ ਕੋਲ ਹੈ ਅਤੇ ਸਾਰੇ ਸੁੱਖ ਦੇਣ ਵਾਲਾ ਵੀ ਉਹ ਹੈ ਸਰਬ ਸੁੱਖ ਦਾਤਾ ਅਤੇ ਇੱਛਾ ਪੂਰਕ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਧੇਨਾਮ ਕਾਮ ਧੇਨ ਇੰਡੀਅਨ ਮੈਥੋਲੋਜੀ ਹੈ ਕਿ ਸਵਰਗ ਦੇ ਵਿੱਚ ਕੋਈ ਇਹੋ ਜਿਹੀ ਗਊ ਹੈ ਜਿਹਦੇ ਅੱਗੇ ਅਰਦਾਸ ਕਰੀਏ ਤਾਂ ਜੋ ਚਾਹੋ ਉਹ ਮਿਲ ਰਿਹਾ ਹੈ ਧੇਨ ਮੈਨੇ ਗਊ ਕਾਮ ਮੈਨੇ ਇੱਛਾ ਪੂਰੀਆਂ ਕਰਨ ਵਾਲੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਕਿਸੇ ਸਵਰਗ ਦੀ ਗਾਂ ਕਿਸੇ ਸਵਰਗ ਦੀ ਇੱਛਾ ਕਰਨ ਦੀ ਲੋੜ ਨਹੀਂ ਕਿਉਂਕਿ ਇਹਨਾਂ ਸਾਰਿਆਂ ਦੇ ਉੱਤੇ ਕੰਟਰੋਲ ਹੈ ਜੋ ਉਹ ਵਾਹਿਗੁਰੂ ਦਾ ਹੈ ਉਹ ਸਭ ਤੋਂ ਉੱਪਰ ਹੈ ਇਸ ਕਰਕੇ ਉਹਦੇ ਅੱਗੇ ਅਰਦਾਸ ਕਰਨ ਦੀ ਲੋੜ ਹੈ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਣ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਏ ਮੇਰੇ ਜੀਅੜੇ ਇਹ ਮੇਰੇ ਮਨ ਉਸ ਵਾਹਿਗੁਰੂ ਧਿਆ ਜੋ ਸਭ ਸ਼ਕਤੀਆਂ ਤੋਂ ਉੱਪਰ ਹੈ ਤਾਂ ਸਰਬ ਸੁੱਖ ਪਾਵੇ ਮੇਰੇ ਮਨਾ ਤਾਂ ਫਿਰ ਤੈਨੂੰ ਸਾਰੇ ਹੀ ਸੁੱਖ ਮਿਲ ਜਾਣਗੇ ਜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੇ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁੱਖ ਉਜਲ ਹੋਈਏ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਰਹਾਉ ਸ਼ਬਦ ਦੀਆਂ ਆਖਰੀ ਪੰਕਤੀਆਂ ਵਿੱਚ ਮਹਾਰਾਜ ਕਹਿੰਦੇ ਨੇ ਕਿ ਸਿਮਰਨ ਦੀਆਂ ਜੋ ਬਰਕਤਾਂ ਹਨ ਉਹ ਸੁਣੋ ਜੈ ਹਰ ਸਿਮਰਨ ਪਿਆ ਜਿਹਦੇ ਮਨ ਵਿੱਚ ਜਿਸ ਜੀਵ ਦੇ ਅੰਦਰ ਸਿਮਰਨ ਪੈਦਾ ਹੋ ਗਿਆ ਵਾਹਿਗੁਰੂ ਦੀ ਯਾਦ ਪੈਦਾ ਹੋ ਗਈ ਤੈ ਉਪਾਦ ਗਤ ਕੀਨੀ ਉਪਾਦ ਮੁਸ਼ਕਲਾਂ ਬਿਮਾਰੀਆਂ ਗਤ ਕੀਨੀ ਦੂਰ ਕਰਤੀਆਂ ਭਜਾ ਦਿੱਤੀਆਂ ਜਿਨ੍ਹਾਂ ਦੇ ਅੰਦਰ ਸਿਮਰਨ ਆ ਗਿਆ ਉਹ ਸਭ ਦੁੱਖਾਂ ਕਲੇਸ਼ਾਂ ਤੋਂ ਮੁਕਤ ਹੋ ਗਏ ਵੱਡ ਭਾਗੀ ਹਰਿ ਜਪਨਾ ਉਹ ਵੱਡੇ ਭਾਗਾਂ ਵਾਲੇ ਹਨ ਜਿਹੜੇ ਹਰੀ ਦਾ ਜਾਪ ਕਰਦੇ ਨੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਜਨ ਨਾਨਕ ਕੋ ਗੋਰੇ ਮਤ ਦੀਨੀ ਮਹਾਰਾਜ ਜੀ ਕਹਿੰਦੇ ਨੇ ਮੈਨੂੰ ਜਨ ਜਨ ਮਨ ਸੇਵਕ ਜਨ ਨਾਨਕ ਨੂੰ ਵਾਹਿਗੁਰੂ ਦੇ ਸੇਵਕ ਨੂੰ ਮੇਰੇ ਗੁਰੂ ਨੇ ਇਹ ਮਤ ਦਿੱਤੀ ਹੈ ਇਹ ਸਿੱਖਿਆ ਦਿੱਤੀ ਹੈ ਜਪ ਹਰ ਪਵ ਜਲ ਤਰਨਾ
कि जप के सिमरन करके जो इस संसार सागर है पापजल जो साड़ी होंद का सागर है ये तो पार उतारा हो जाएगा जे असी गुरु की मत से चढ़ के सिमरन के नाल अपने आप में जोड़ लीए क्योंकि सिमरन तो बिना होर किसी गल का छुटकारा नहीं होना यह सिमरन ही साढ़े जीवन में सफल बना सकता है और उस वाहेगुरु के चरणों के नाल जोड़ सकता है। सतसंगत जिवें महाराज जी कहते हैं कि मैं नानक नूं गुरु ने यह मदद दी है सानू भी नानक जी मत दे रहे हैं असी इस मत नूं प्रवान करते हुए नाम सिमरन ते बाणी नाल जुड़िए तां कि सानू सारे दुख साढ़े दूर होण सुखां की प्राप्ति होवे अते महाराज की कृपा के नाल साडा यह मनुखा जन जन्म जो है यह सफल होवे। सतगुरु की कृपा की अरदास करिए। वाहिगुरु जी का खालसा वाहिगुरु जी की फतह। सतनाम 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 जी वाहिगुरु वाहिगुरु जपो सतनाम सतनाम जी वाहिगुरु 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 जी का खालसा वाहिगुरु जी की फतेह।